ਅਸੀਂ ਵੀ, ਮੈਨੂੰ ਲੱਗਦਾ ਹੈ ਕਿ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਜੁੱਤੀ ਦੇ ਯਾਰ ਬਣ ਗਏ ਹਾਂ। ਗੁਰੂ ਸਾਹਿਬ ਨੇ ਲੋਕਾਂ ਦੀ ਮਹਾਮਾਰੀ ਨੂੰ ਆਪਣੇ ਸਿਰ ਲਿਆ ਅਤੇ ਆਪਣੇ ਪ੍ਰਾਣ ਤਿਆਗ ਦਿੱਤੇ। ਬਹੁਤ ਲੋਕ ਸੋਸ਼ਲ ਮੀਡੀਆ ਦੇ ਵਿੱਚ ਐਸੇ ਵੀ ਨੇ ਜਿਨ੍ਹਾਂ ਦਾ ਇੱਕ ਕੰਮ ਹੁੰਦਾ ਹੈ ਕਿ ਜਦੋਂ ਵੀ ਇਵੇਂ ਦੀ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਉਹ ਧਰਮ ਜਾਂ ਧਰਮ ਦੀਆਂ ਸੰਸਥਾਵਾਂ ਨੂੰ ਭੰਡਣਾ ਸ਼ੁਰੂ ਕਰ ਦਿੰਦੇ ਨੇ। ਮਹਿਮੂਦ ਗਜ਼ਨਵੀ ਨੇ ਆਪਣੇ ਲਸ਼ਕਰ ਦੇ ਅੱਗੇ ਬਹੁਤ ਸਾਰੀਆਂ ਗਾਈਆਂ ਦਾ ਇੱਜੜ ਲਾ ਲਿਆ। ਹੁਣ ਬੜੀ ਅਜੀਬ ਗੱਲ ਹੈ, ਜਿਹੜੇ ਇੱਥੋਂ ਦੇ ਲੋਕ ਸੀ ਉਹ ਤਾਂ ਸਮੱਸਿਆ ਦੇ ਵਿੱਚ ਫਸ ਗਏ ਕਿ ਆ ਰਿਹਾ ਹੈ ਦੁਸ਼ਮਣ ਅਤੇ ਅਗਵਾਈ ਕਰ ਰਹੀ ਹੈ ਗਊ ਮਾਤਾ। ਕਿਰਪਾਨਾਂ ਰੱਖ ਦਿੱਤੀਆਂ, ਟੱਲੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ, ਬਰਤਨ ਖੜਕਾਉਣੇ ਸ਼ੁਰੂ ਕਰ ਦਿੱਤੇ, ਹਵਨ ਕਰਨੇ ਸ਼ੁਰੂ ਕਰ ਦਿੱਤੇ ਕਿ ਮਾਤਾ ਜੀ ਲਸ਼ਕਰ ਦੀ ਅਗਵਾਈ ਕਰਦੇ ਆ ਰਹੇ ਨੇ। ਹੋਇਆ ਕੀ, ਉਹ ਇਸ ਦੇਸ਼ ਨੂੰ ਲੁੱਟਣ ਦੇ ਵਿੱਚ ਕਾਮਯਾਬ ਰਿਹਾ ਬਿਨਾਂ ਕਿਸੇ ਆਪਣਾ ਜਾਨੀ ਨੁਕਸਾਨ ਕਰਾਉਣ ਤੋਂ। ਉਹਨਾਂ ਨੂੰ ਰੋਗੀਆਂ ਨੂੰ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਇਹ ਛੂਤਦਾ ਰੋਗ ਹੈ, ਪਾਣੀ ਨਹੀਂ ਸੀ ਪੀਣ ਦਿੱਤਾ ਜਾਂਦਾ, ਗੁਰੂ ਸਾਹਿਬ ਨੇ ਬੌਲੀ ਬਣਾ ਕੇ ਲੋਕਾਂ ਦੇ ਪਾਣੀ ਪੀਣ ਦਾ ਪ੍ਰਬੰਧ ਕੀਤਾ। ਗੁਰੂ ਸਾਹਿਬ ਨੇ ਕਿਸ ਆਜੂ ਦੇ ਵਿੱਚ ਸਮਾਜ ਦੀ ਇੰਨੀ ਵੱਡੀ ਸੇਵਾ ਕੀਤੀ, ਔਰ ਸਾਡੇ ਸਰੋਤਾਂ ਨੇ ਜਦੋਂ ਇਸ ਦਾ ਜ਼ਿਕਰ ਕੀਤਾ ਨਾ ਅਸੀਂ ਸਮਝ ਨਹੀਂ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਾਰੇ ਵਿਸ਼ਵ ਦੇ ਵਿੱਚ ਕਰੋਨਾ ਵਾਇਰਸ ਦਾ ਇੱਕ ਪ੍ਰਕੋਪ ਫੈਲਿਆ ਹੋਇਆ ਹੈ ਅਤੇ ਤਕਰੀਬਨ ਬਹੁਤ ਸਾਰੇ ਦੇਸ਼ ਇਸ ਸੰਤਾਪ ਤੋਂ ਪੀੜਿਤ ਹਨ। ਜਿੱਥੇ ਦੁਨੀਆ ਦੇ ਦੇਸ਼ ਆਪਣੀਆਂ ਸਿਹਤ ਸਹੂਲਤਾਂ ਦੇ ਨਾਲ ਜਾਂ ਫਿਰ ਆਪਣੀ ਸਾਵਧਾਨੀ ਦੇ ਨਾਲ, ਆਪਣੇ ਆਪ ਦੀ ਸਫਾਈ ਰੱਖਣ ਦੇ ਨਾਲ, ਜਾਂ ਜਿਹੜੇ ਸਰਕਾਰਾਂ ਜਾਂ ਸਿਹਤ ਵਿਭਾਗ ਦੇ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ, ਉਹਨਾਂ ਦੇ ਅਨੁਸਾਰ ਉਹਨਾਂ ਸੁਰੱਖਿਆ ਔਰ ਸਾਵਧਾਨੀਆਂ ਨੂੰ ਵਰਤ ਕੇ ਇਸ ਮਹਾਂਮਾਰੀ ਉੱਪਰ ਕਾਬੂ ਪਾਉਣ ਦੇ ਵਾਸਤੇ ਚਿੰਤਤ ਨੇ, ਜਾਂ ਫਿਰ ਕੁਝ ਖਿੱਤਿਆਂ ਦੇ ਵਿੱਚ ਕਾਬੂ ਪਾਉਣ ਦੇ ਵਿੱਚ ਕਾਮਯਾਬ ਵੀ ਹੋਏ ਹਨ, ਉੱਥੇ ਦੂਸਰੇ ਪਾਸੇ ਮੈਨੂੰ ਫਿਰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਅਸੀਂ ਆਪਣੀ ਮਾਨਸਿਕਤਾ ਦਾ ਜਲੂਸ ਸ਼ਰੇ ਬਾਜ਼ਾਰ ਕੱਢਿਆ ਹੈ। ਮੇਰੇ ਖਿਆਲ ਦੇ ਨਾਲ ਹੁਣ ਤਾਂ ਸਾਡੇ ਮਨਾਂ ਦੇ ਵਿੱਚੋਂ ਥਾਲੀਆਂ, ਪਲੇਟਾਂ, ਪਰਾਤਾਂ, ਕੌਲੀਆਂ, ਚਮਚੇ ਖੜਕਾ ਕੇ ਜਿਹੜਾ ਕਰੋਨਾ ਨਾਟਿਅਮ ਕੀਤਾ ਗਿਆ ਉਹਦਾ ਫਤੂਰ ਹੁਣ ਥੋੜ੍ਹਾ ਬਹੁਤਾ ਨਿਕਲ ਚੁੱਕਾ ਹੋਵੇਗਾ, ਕਿਉਂਕਿ ਹੁਣ ਤਾਂ ਸਿਹਤ ਵਿਭਾਗ ਦੇ ਬਹੁਤ ਸਾਰੇ ਵਿਸ਼ੇਸ਼ਕ ਜਿਹੜੇ ਡਾਕਟਰ ਸੀ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਸਾਡੀ ਹੌਸਲਾ ਅਫਜਾਈ ਨਹੀਂ ਕੀਤੀ, ਬਲਕਿ ਸਾਡੇ ਵਾਸਤੇ ਹੋਰ ਸਮੱਸਿਆਵਾਂ ਨੂੰ ਜਨਮ ਦਿੱਤਾ ਹੈ। ਇੱਕ ਗੱਲ ਬੜੀ ਅਹਿਮ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਇਹ ਇਵੇਂ ਦਾ ਇੱਕ ਗੰਭੀਰ ਮਸਲਾ ਹੈ ਜਿਸ ਦੇ ਬਾਰੇ ਸਾਨੂੰ ਬਹੁਤ ਹੀ ਸੰਜੀਦਾ ਹੋ ਕੇ ਸੋਚਣ ਦੀ ਲੋੜ ਹੈ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਮਾਜ ਦੇ ਵਿੱਚ ਕੁਝ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਐਜ ਏ ਸੈਲੀਬ੍ਰਿਟੀ ਵੇਖਦੇ ਹਾਂ, ਅਤੇ ਮੈਂ ਜਦੋਂ ਸਾਰੇ ਵਿਸ਼ਵ ਵੱਲ ਇਸ ਵਾਪਰ ਰਹੇ ਵਰਤਾਰੇ ਦੇ ਪਰਪੇਖ ਵੱਲ ਝਾਤੀ ਮਾਰਦਾ ਤਾਂ ਦੁਨੀਆ ਦੇ ਬਹੁਤ ਸਾਰੇ ਅਮੀਰ ਲੋਕ, ਸੈਲੀਬ੍ਰਿਟੀਜ਼, ਪਲੇਅਰ, ਉਹ ਤਾਂ ਸਮਾਜ ਦੇ ਵਿੱਚੋਂ ਇਸ ਮਹਾਂਮਾਰੀ ਨੂੰ ਅਤੇ ਪ੍ਰਕੋਪ ਨੂੰ ਖਤਮ ਕਰਨ ਦੇ ਵਾਸਤੇ ਅੱਗੇ ਆ ਰਹੇ ਨੇ ਆਪਣੀ ਆਰਥਿਕ ਮਿਆਰ ਦੇ ਅਨੁਸਾਰ ਜਾਂ ਆਪਣੀ ਆਰਥਿਕ ਸਮਰੱਥਾ ਦੇ ਮੁਤਾਬਕ ਉਸ
ਬਿਮਾਰੀ ਦੇ ਨਾਲ ਮੁਕਾਬਲਾ ਕਰਨ ਵਾਲਾ ਜਿਹੜਾ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦੇ ਨਾਲ ਸਹਾਇਤਾ ਕੋਸ਼ ਹੈ, ਉਹਦੇ ਵਿੱਚ ਯੋਗਦਾਨ ਪਾ ਰਹੇ ਨੇ, ਅਤੇ ਜਿਨ੍ਹਾਂ ਨੂੰ ਅਸੀਂ ਸੈਲੀਬ੍ਰਿਟੀ ਸਮਝਦੇ ਹਾਂ ਇਹ ਆਪਣੇ ਕੋਠਿਆਂ ਦੇ ਉੱਪਰ ਚੜ੍ਹ ਕੇ ਥਾਲੀਆਂ ਖੜਕਾ ਰਹੇ ਨੇ। ਬੜੀ ਅਜੀਬ ਗੱਲ ਜੀ ਹੈ। ਵੇਖੋ ਕੁਝ ਵੀਰਾਂ ਨੇ ਜਿਸ ਦਿਨ ਮੈਂ ਥਾਲੀਆਂ ਖੜਕਾਉਣ ਦੇ ਬਾਰੇ ਕਿਹਾ ਸੀਗਾ, ਇਹਦੇ ਨਾਲ ਕਰੋਨਾ ਵਾਇਰਸ ਦੀ ਆਮਦ ਜਾਂ ਉਸ ਦੇ ਬਚਾਅ ਜਾਂ ਉਸ ਦੀ ਸੁਰੱਖਿਆ ਦੇ ਬਾਰੇ ਕੋਈ ਫਰਕ ਨਹੀਂ ਪੈਣਾ, ਪਰ ਕੁਝ ਵੀਰਾਂ ਨੇ ਕਮੈਂਟਸ ਦੇ ਥੱਲੇ ਕਿਹਾ, ਨਹੀਂ ਜੀ ਇਹ ਤਾਂ ਜਿਹੜੇ ਲੋਕ ਇਸ ਸਾਰੀ ਮਹਾਂਮਾਰੀ ਦੇ ਖਿਲਾਫ ਮੈਦਾਨ ਦੇ ਵਿੱਚ ਜੂਝ ਰਹੇ ਨੇ, ਭਾਵੇਂ ਕਿ ਉਹ ਸੁਰੱਖਿਆ ਕਰਮਚਾਰੀ ਨੇ, ਸਫਾਈ ਕਰਮਚਾਰੀ ਨੇ, ਪੁਲਿਸ ਮਹਿਕਮਾ ਹੈ, ਡਾਕਟਰ ਹੈ, ਇਹ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ ਹੈ। ਗੁਰੂ ਸਵਾਰਿਓ, ਵਿਦੇਸ਼ਾਂ ਦੇ ਵਿੱਚ ਜਿਸ ਤਰ੍ਹਾਂ ਸਪੇਨ ਦੇ ਵਿੱਚ, ਇਟਲੀ ਦੇ ਵਿੱਚ, ਨੀਦਰਲੈਂਡਸ ਦੇ ਵਿੱਚ ਇਸ ਤਰ੍ਹਾਂ ਦੀਆਂ ਹੌਸਲਾ ਅਫਜਾਈ ਦੀਆਂ ਜਿਹੜੀਆਂ ਵੀਡੀਓ ਸੀ ਉਹ ਸਾਹਮਣੇ ਆਈਆਂ, ਪਰ ਅਸੀਂ ਵੇਖਿਆ ਕਿ ਉਹਨਾਂ ਲੋਕਾਂ ਨੇ ਕੀ ਕੀਤਾ ਅਤੇ ਅਸੀਂ ਲੋਕਾਂ ਨੇ ਕੀ ਕੀਤਾ। ਉਹਨਾਂ ਲੋਕਾਂ ਨੇ ਸ਼ਾਮ ਦੇ ਸਮੇਂ ਬਾਲਕੋਨੀਆਂ ਦੇ ਵਿੱਚ ਖੜ੍ਹੇ ਹੋ ਕੇ, ਜਿਸ ਸਮੇਂ ਉਹਨਾਂ ਦੇ ਸਿਹਤ ਵਿਭਾਗ ਦੀਆਂ ਡਿਊਟੀਆਂ ਬਦਲਦੀਆਂ ਨੇ, ਨਵੇਂ ਕਰਮਚਾਰੀ ਜਾ ਰਹੇ ਨੇ ਆਪਣੀ ਡਿਊਟੀ ਦੇ ਵਾਸਤੇ ਅਤੇ ਜਿਹੜੇ ਸਵੇਰ ਤੋਂ ਡਿਊਟੀ ਕਰ ਰਹੇ ਸੀ ਉਹ ਆ ਰਹੇ ਨੇ, ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਤਾੜੀਆਂ ਵਜਾ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ। ਅਤੇ ਅਸੀਂ ਤਾਂ ਸਦੋਂ ਸਿਹਤ ਵਿਭਾਗ ਦੇ ਵਿੱਚ ਕਾਰਜ ਕਰਨ ਵਾਲੇ ਇਹਨਾਂ ਵਿਚਾਰੇ ਲੋਕਾਂ ਦੇ ਵਾਸਤੇ ਸਮੱਸਿਆਵਾਂ ਨੂੰ ਹੋਰ ਵਧਾ ਦਿੱਤਾ। ਅਸੀਂ ਤਾਂ ਸੜਕਾਂ ਦੇ ਉੱਪਰ ਆ ਕੇ ਇਸ ਤਰ੍ਹਾਂ ਦੇ ਨਾਲ ਥਾਲੀਆਂ ਖੜਕਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤਰ੍ਹਾਂ ਜੰਗ ਜਿੱਤ ਲਈ ਹੋਵੇ। ਜਿਸ ਤਰ੍ਹਾਂ ਇੱਕ ਪੰਜਾਬੀ ਦੀ ਕਹਾਵਤ ਹੈ ਨਾ ਵੀ ਕਮਲੀ ਦੇ ਘਰ ਮੁੰਡਾ ਜੰਮਿਆ ਅਤੇ ਚੁੰਮ ਚੁੰਮ ਕੇ ਮਾਰ ਦਿੱਤਾ, ਉਹੀ ਹਿਸਾਬ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਾਂ ਕਿਹਾ ਕਿ ਤਾਲੀ ਵਜਾਉਣੀ ਹੈ, ਅਤੇ ਅਸੀਂ ਥਾਲੀਆਂ ਵਜਾ ਵਜਾ ਕੇ ਉਲਟਾ ਇਸ ਬਿਮਾਰੀ ਦੇ ਉੱਪਰ ਕਾਬੂ ਕੀ ਕਰਨਾ ਸੀ, ਇਹਦੇ ਬਾਰੇ ਲੋਕਾਂ ਨੂੰ ਸੁਚੇਤ ਕੀ ਕਰਨਾ ਸੀ। ਅਸੀਂ ਤਾਂ ਹੋਰ ਲੋਕਾਂ ਦੇ ਵਿੱਚ ਇਹਦੇ ਵਿਸ਼ਾਣੂਆਂ ਨੂੰ ਵੰਡਣ ਦੇ ਵਿੱਚ ਇੱਕ ਰੋਲ ਅਦਾ ਕੀਤਾ। ਅਤੇ ਬੇਸ਼ੱਕ ਕੁਝ ਲੋਕਾਂ ਨੇ ਕਿਹਾ, ਨਹੀਂ ਜੀ ਪ੍ਰਧਾਨ ਮੰਤਰੀ ਦਾ ਕਹਿਣ ਦਾ ਭਾਵ ਇਹ ਨਹੀਂ ਸੀ ਜੋ ਬਹੁਤ ਲੋਕਾਂ ਵੱਲੋਂ ਲੈ ਲਿਆ ਗਿਆ, ਉਹਨਾਂ ਦਾ ਕਹਿਣ ਤੋਂ ਭਾਵ ਸੀ ਕਿ ਸਿਹਤ ਵਿਭਾਗ ਦੇ ਵਿੱਚ ਜਾਂ ਸੁਰੱਖਿਆ ਵਿਭਾਗ ਦੇ ਵਿੱਚ, ਸਫਾਈ ਵਿਭਾਗ ਦੇ ਵਿੱਚ ਜਿਹੜੇ ਲੋਕ ਅਹਿਮ ਯੋਗਦਾਨ ਪਾ ਰਹੇ ਨੇ ਅਤੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਜਾਵੇ। ਅਤੇ ਮੈਂ ਸੋਚਦਾ ਕਿ ਜੇ ਉਹਨਾਂ ਦੀ ਕਹੀ ਗੱਲ ਦਾ ਲੋਕਾਂ ਨੇ ਗਲਤ ਮਤਲਬ ਵੀ ਲਿਆ ਅਤੇ ਸ਼ਾਇਦ ਉਹਦਾ ਕਾਰਨ ਵੀ ਇਹੀ ਹੈ, ਜਦੋਂ ਬੰਦਾ ਤਕਰੀਬਨ 99% ਕਮਲ ਘੋਟਦਾ ਹੋਵੇ ਨਾ ਤਾਂ ਉਹਦੀ ਇੱਕ ਅੱਧੀ ਸਿਆਣੀ ਗੱਲ ਵੱਲ ਵੀ ਲੋਕ ਧਿਆਨ ਨਹੀਂ ਦਿੰਦੇ। ਇਹ ਸਾਡੇ ਇੱਕ ਸਮੁੱਚੇ ਮੁਆਸ਼ਰੇ ਦਾ ਹਾਲ ਹੈ। ਅਤੇ ਮੈਂ ਹੈਰਾਨ ਹਾਂ ਕਿ ਕੇਸ ਦਰਜ ਤਾਂ ਉਹਨਾਂ ਲੋਕਾਂ ਦੇ ਉੱਪਰ ਹੋਣੇ ਚਾਹੀਦੇ ਨੇ ਜਿਹੜੇ ਅੱਜ ਤੋਂ 15 ਦਿਨ ਪਹਿਲਾਂ ਕਹਿ ਰਹੇ ਸੀ ਕਿ ਗਊ ਦਾ ਗੋਬਰ ਐਂਟੀਸੈਪਟਿਕ ਹੈ, ਐਂਟੀਬੈਕਟੀਰੀਅਲ ਹੈ, ਇਹ ਵਾਇਰਸ ਦੇ ਉੱਪਰ ਬੜਾ ਵਧੀਆ ਕੰਮ ਕਰਦਾ ਹੈ, ਕਿ ਉਹਨਾਂ ਦੇ ਉੱਪਰ ਕੇਸ ਦਰਜ ਨਹੀਂ ਹੋਣੇ ਚਾਹੀਦੇ। ਜਿਹੜੇ ਦਿੱਲੀ ਦੇ ਵਿੱਚ ਭਾਰਤ ਦੀ ਰਾਜਧਾਨੀ ਦੇ ਵਿੱਚ ਬਹਿ ਕੇ ਗਊ ਮੂਤਰ ਪੀਣ ਦੀਆਂ ਕੋ ਯੂਰਨ ਪਾਰਟੀਜ਼ ਕਰ ਰਹੇ ਸੀ, ਇੱਕ ਕੋਕਟੇਲ ਬਣਾ ਕੇ ਪੀ ਰਹੇ ਸੀ, ਸੱਚ ਜਾਣਿਓ ਕਿ ਉਹਨਾਂ ਦੇ ਉੱਪਰ ਇਸ ਦਾ ਕੇਸ ਦਰਜ ਨਹੀਂ ਹੋਣਾ ਚਾਹੀਦਾ? ਕਿ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਸੁਰੱਖਿਆ ਔਰ ਸਫਾਈ ਦੀ ਮੁਹਿੰਮ ਸੀ ਉਹਦੇ ਵਿੱਚ ਰੁਕਾਵਟ ਪੈਦਾ ਨਹੀਂ ਕੀਤੀ? ਮੈਨੂੰ ਇੰਝ ਲੱਗਦਾ ਕਿ ਇਹ ਸਭ ਕੁਝ ਸਾਡੇ ਉਸੇ ਹੀ ਬੌਧਿਕ ਦਿਵਾਲੀਆਪਨ ਦਾ ਸੂਚਕ ਹੈ ਜਿਹੜਾ 1000 ਸਾਲ ਤੋਂ ਪਹਿਲਾਂ ਚੱਲਦਾ ਆ ਰਿਹਾ। ਕਿਤੇ ਤੁਸੀਂ ਮਹਿਮੂਦ ਗਜ਼ਨਵੀ ਦੇ ਹਿੰਦੁਸਤਾਨ ਦੇ ਉੱਪਰ ਹਮਲੇ ਦੀ ਵਾਰਤਾਲਾਪ ਨੂੰ ਪੜ੍ਹਿਆ ਹੋਵੇਗਾ ਕਿਤਾਬਾਂ ਦੇ ਵਿੱਚ ਜਾਂ ਫਿਰ ਸੁਣਿਆ ਹੋਵੇਗਾ, ਅਤੇ ਉਹਦੇ ਵਿੱਚ ਇੱਕ ਬੜੀ ਅਹਿਮ ਗੱਲ ਹੈ ਕਿ ਜਦੋਂ ਉਸਨੇ ਹਮਲਾ ਕੀਤਾ
ਤਾਂ ਜਿਹੜਾ ਹਮਲਾ ਉਸਨੇ ਕਾਠੀਆਵਾੜ ਗੁਜਰਾਤ ਦੇ ਰਾਹੀਂ ਕੀਤਾ ਅਤੇ ਉਹ ਸੋਮਨਾਥ ਮੰਦਰ ਵੱਲ ਨੂੰ ਜਾ ਰਿਹਾ ਸੀ ਅਤੇ ਉਸ ਸਮੇਂ ਮਹਿਮੂਦ ਗਜ਼ਨਵੀ ਨੇ ਆਪਣੇ ਲਸ਼ਕਰ ਦੇ ਅੱਗੇ ਬਹੁਤ ਸਾਰੀਆਂ ਗਾਈਆਂ ਦਾ ਇੱਜੜ ਲਾ ਲਿਆ। ਹੁਣ ਬੜੀ ਅਜੀਬ ਗੱਲ ਹੈ, ਜਿਹੜੇ ਇੱਥੋਂ ਦੇ ਲੋਕ ਸੀ ਉਹ ਤਾਂ ਸਮੱਸਿਆ ਦੇ ਵਿੱਚ ਫਸ ਗਏ ਕਿ ਆ ਰਿਹਾ ਹੈ ਦੁਸ਼ਮਣ ਅਤੇ ਅਗਵਾਈ ਕਰ ਰਹੀ ਹੈ ਗਊ ਮਾਤਾ। ਕਿਰਪਾਨਾਂ ਰੱਖ ਦਿੱਤੀਆਂ, ਟੱਲੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ, ਬਰਤਨ ਖੜਕਾਉਣੇ ਸ਼ੁਰੂ ਕਰ ਦਿੱਤੇ, ਹਵਨ ਕਰਨੇ ਸ਼ੁਰੂ ਕਰ ਦਿੱਤੇ ਕਿ ਮਾਤਾ ਜੀ ਲਸ਼ਕਰ ਦੀ ਅਗਵਾਈ ਕਰਦੇ ਆ ਰਹੇ ਨੇ। ਹੋਇਆ ਕੀ, ਉਹ ਇਸ ਦੇਸ਼ ਨੂੰ ਲੁੱਟਣ ਦੇ ਵਿੱਚ ਕਾਮਯਾਬ ਰਿਹਾ ਬਿਨਾਂ ਕਿਸੇ ਆਪਣਾ ਜਾਨੀ ਨੁਕਸਾਨ ਕਰਾਉਣ ਤੋਂ। ਸੋ ਇਹ ਜਿਹੜੀ ਮਾਨਸਿਕਤਾ, ਇਹਨੂੰ ਕਿਸੇ ਧਰਮ ਦੇ ਨਾਲ ਜੋੜ ਕੇ ਨਾ ਵੇਖੋ। ਜਿਹੜੀ ਗੱਲ ਗੁਰੂ ਸਾਹਿਬ ਨੇ ਸਾਨੂੰ ਸਚੇਤ ਕਰਨ ਵਾਸਤੇ ਕਹੀ ਸੀ ਨਾ, ਜਪ ਜੇ ਗਹਿ ਵਿਪਰਨ ਕੀ ਰੀਤ, ਸੱਚ ਜਾਣਿਓ ਉਹ ਚਾਹੇ ਸਿੱਖ ਕਰਦਾ ਇਹੋ ਜਿਹਾ ਕਰਮ, ਚਾਹੇ ਉਹ ਹਿੰਦੂ ਵੀਰ ਕਰਦਾ, ਚਾਹੇ ਉਹ ਮੁਸਲਮਾਨ ਵੀਰ ਕਰਦਾ, ਅਤੇ ਚਾਹੇ ਉਹ ਈਸਾਈ ਵੀਰ ਕਰਦਾ। ਜਿਸ ਤਰ੍ਹਾਂ ਦੇ ਨਾਲ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਕਿ ਜੀਸਸ ਜੀ ਨੇ 2000 ਸਾਲ ਪਹਿਲਾਂ ਇਸ ਪ੍ਰਕੋਪ ਦੇ ਬਾਰੇ ਦੱਸ ਦਿੱਤਾ ਸੀ, ਅਤੇ ਦੂਜੇ ਬੰਨੇ ਇੱਕ ਦੇਸ਼ ਦੇ ਵਿੱਚ ਡਟੋਲ ਪਿਆ ਕੇ 60 ਦੇ ਕਰੀਬ ਬੰਦੇ ਮਾਰ ਦਿੱਤੇ ਗਏ ਨੇ। ਸੋ ਇਹੋ ਜਿਹੀਆਂ ਅਫਵਾਹਾਂ ਤੋਂ ਔਰ ਗੈਰ ਸੰਜੀਦਾ ਜਿਹੜੀਆਂ ਗੱਲਾਂ ਨੇ ਇਹਨਾਂ ਤੋਂ ਗੁਰੇਜ਼ ਕਰੋ। ਪੰਜਾਬ ਦੇ ਵਿੱਚ ਇਸ ਬਿਮਾਰੀ ਨੇ ਦਸਤਕ ਦਿੱਤੀ ਹੈ ਅਤੇ ਸੱਚ ਜਾਣਿਓ ਜਿੰਨਾ ਕੁ ਪੰਜਾਬ ਦੇ ਵਿੱਚ ਸਿਹਤ ਵਿਭਾਗ ਦਾ ਅਮਲਾ ਫੈਲਾ ਲੱਗਿਆ ਹੋਇਆ ਕਿ ਇਹਦੇ ਉੱਪਰ ਕਾਬੂ ਪਾ ਲਿਆ ਜਾਵੇ, ਜੇਕਰ ਅਸੀਂ ਲੋਕਾਂ ਨੇ ਸਾਵਧਾਨੀ ਦੇ ਨਾਲ ਇਸ ਸਮੁੱਚੇ ਵਰਤਾਰੇ ਨੂੰ ਨਾ ਸਮਝਿਆ, ਜੇਕਰ ਅਸੀਂ ਘਰਾਂ ਦੇ ਵਿੱਚ ਵੀ ਟਿਕ ਕੇ ਨਾ ਬੈਠ ਸਕੇ। ਬੜੀ ਅਜੀਬ ਗੱਲ ਆ, ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਵਾਰ ਦੇ ਵਿੱਚ ਬੜੀ ਪਿਆਰੀ ਗੱਲ ਕਹੀ ਹੈ। ਉਹ ਕਹਿੰਦੇ ਨੇ ਕਿ ਚੋਰਨ ਸੇ ਭਾਜ ਓਟ ਲੀਜੀਅਤ ਕੋਟਗੜ, ਕੋਟ ਮੇਂ ਜੋ ਲੂਟ ਲੀਜੇ ਕਹੋ ਕੱਤ ਜਾਈਏ। ਵੀ ਜੇਕਰ ਸਾਨੂੰ ਸਰਕਾਰ ਨੇ ਕਹਿ ਦਿੱਤਾ ਹੈ ਘਰਾਂ 'ਚ ਬਹਿ ਜਾਓ ਅਤੇ ਅਸੀਂ ਘਰਾਂ 'ਚ ਫਿਰ ਵੀ ਨਹੀਂ ਬਹਿਣਾ ਚਾਹੁੰਦੇ ਅਤੇ ਫਿਰ ਵੀ ਨੁਕਸਾਨ ਹੋਵੇ, ਅਤੇ ਫਿਰ ਇਹਦਾ ਜ਼ਿੰਮੇਵਾਰ ਕੌਣ ਹੈ? ਸਾਨੂੰ ਕਿਤੇ ਨਾ ਕਿਤੇ ਸੰਜੀਦਗੀ ਦੇ ਨਾਲ ਸੋਚਣਾ ਪਵੇਗਾ। ਅਤੇ ਕੁਝ ਵੀਰਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਜੀ, ਭਾਂਡੇ ਖੜਕਾਉਣ ਦੇ ਨਾਲ ਜਿਹੜੀਆਂ ਸਾਊਂਡ ਵੇਵਸ ਪੈਦਾ ਹੁੰਦੀਆਂ ਨੇ ਅਤੇ ਉਹਨਾਂ ਦੇ ਨਾਲ ਜਿਹੜੇ ਨੇ ਵਾਇਰਸ ਭੱਜ ਜਾਂਦੇ ਨੇ। ਮੈਂ ਇੱਕ ਬੇਨਤੀ ਕਰਾਂ, ਇਵੇਂ ਦੀਆਂ ਅਫਵਾਹਾਂ ਫੈਲਾਉਣ ਤੋਂ ਪਹਿਲਾਂ ਜਿਹੜੇ ਵਿਗਿਆਨ ਦੇ ਜਰਨਲ ਆਉਂਦੇ ਨੇ, ਜਿਹੜੀਆਂ ਇਹਦੇ ਨਾਲ ਸੰਬੰਧਿਤ ਵੱਖ ਵੱਖ ਖੋਜ ਦੇ ਜਿਹੜੇ ਆਰਟੀਕਲਸ ਆਉਂਦੇ ਨੇ, ਕਿਰਪਾ ਕਰਕੇ ਉਹਨਾਂ ਨੂੰ ਜ਼ਰੂਰ ਪੜ੍ਹ ਲਿਆ ਕਰੋ। ਵਾਇਰਸ ਦੇ ਨਾਲ ਪ੍ਰਭਾਵਿਤ ਬੰਦੇ ਦੀ ਬੰਬ ਧਮਾਕੇ ਦੇ ਨਾਲ ਮੌਤ ਵੀ ਹੋ ਜਾਵੇ ਤਾਂ ਵੀ ਉਹਦੇ ਜਿਸਮ ਦੇ ਵਿੱਚੋਂ ਵਾਇਰਸ ਖਤਮ ਨਹੀਂ ਹੁੰਦਾ, ਅਤੇ ਜੇਕਰ ਸਾਊਂਡ ਵੇਵਸ ਦੇ ਨਾਲ ਇਹ ਵਾਇਰਸ ਖਤਮ ਹੁੰਦੇ ਨਾ, ਅਤੇ ਚੀਨ ਵਰਗੇ ਅਤੇ ਹੋਰ ਵੱਡੇ ਦੇਸ਼ਾਂ ਦੇ ਕੋਲ ਬਹੁਤ ਵੱਡੇ ਬੰਬ ਸੀ ਜਿਹਦੇ ਧਮਾਕਿਆਂ ਦੇ ਨਾਲ, ਜਿਨ੍ਹਾਂ ਦੀ ਸਾਊਂਡ ਵੇਵਸ ਦੇ ਨਾਲ ਇਹਨਾਂ ਨੂੰ ਭਜਾਇਆ ਜਾ ਸਕਦਾ ਸੀ। ਕਿਉਂ ਨਹੀਂ ਤੁਸੀਂ ਆਪਣੇ ਇਤਿਹਾਸ ਵੱਲ ਝਾਤੀ ਮਾਰ ਕੇ ਵੇਖਦੇ, ਸਾਨੂੰ ਗੁਰੂ ਸਾਹਿਬ ਨੇ ਕੀ ਸੰਦੇਸ਼ ਦਿੱਤਾ ਸੀ? ਹੁਣ ਜਰਾ ਖਿਆਲ ਕਰਿਓ, ਤਕਰੀਬਨ ਜਿਹੜੀ ਇਹ ਘਟਨਾ ਹੈ ਇਹ 1663-64 ਦੀ ਹੈ, ਜਦੋਂ ਦਿੱਲੀ ਦੇ ਵਿੱਚ ਮਹਾਂਮਾਰੀ ਫੈਲਦੀ ਹੈ, ਦਿੱਲੀ ਦੇ ਵਿੱਚ ਚੇਚਕ ਫੈਲਦੀ ਹੈ, ਜਿਸ ਨੂੰ ਸਮਾਲ ਪੌਕਸ ਵੀ ਅਸੀਂ ਕਹਿ ਦਿੰਦੇ ਹਾਂ ਅੰਗਰੇਜ਼ੀ ਭਾਸ਼ਾ ਦੇ ਵਿੱਚ, ਜਦੋਂ ਉਹ ਫੈਲਦੀ ਹੈ ਅਤੇ ਉਹ ਦਿਨ ਨੇ ਜਦੋਂ ਹਿੰਦੁਸਤਾਨ ਦਾ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ ਉਹ ਵੀ ਉਸ ਵੇਲੇ ਲਾਹੌਰ ਅਤੇ ਲਾਹੌਰ ਤੋਂ ਕਸ਼ਮੀਰ ਚਲਾ ਗਿਆ ਸੀ। ਉਹ ਬਾਅਦ ਦੇ ਵਿੱਚ ਵਾਪਸ ਆਇਆ ਜਦੋਂ ਬਿਮਾਰੀ ਦਾ ਪ੍ਰਕੋਪ ਕਾਫੀ ਘੱਟ ਚੁੱਕਾ ਸੀ, ਪਰ ਸਾਡੇ ਜਿਸ ਵੇਲੇ ਉੱਥੇ 8ਵੇਂ ਪਾਤਸ਼ਾਹ ਜਾਂਦੇ ਨੇ ਅਤੇ ਉਹਨਾਂ ਨੇ ਬਿਮਾਰੀ ਦੇ ਪ੍ਰਕੋਪ ਦੀ ਪਰਵਾਹ ਨਹੀਂ ਕੀਤੀ, ਭਾਵੇਂ ਕਿ ਉਹ ਰਾਜਾ ਜੈ ਸਿੰਘ ਦੇ ਕਹਿਣ ਦੇ ਉੱਪਰ
ਕਿ ਜਿਹੜੇ ਉਹਦੇ ਵੱਲੋਂ ਚਿੱਠੀ ਆਈ ਸੀ ਕਿ ਦਿੱਲੀ ਦੀ ਸੰਗਤ ਤੁਹਾਡੇ ਦੀਦਾਰ ਕਰਨਾ ਚਾਹੁੰਦੀ ਹੈ, ਉਹ ਔਰੰਗਜ਼ੇਬ ਨੂੰ ਮਿਲ ਨਹੀਂ ਗਏ। ਉਹਨਾਂ ਨੇ ਬੜਾ ਸਪਸ਼ਟ ਕਰ ਦਿੱਤਾ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਇਹ ਪ੍ਰਣ ਪਿਤ ਕੀਨ ਹਮਾਰੇ, ਇਹੀ ਪ੍ਰਣ ਹਮ ਵੀ ਉਰਤਾਰੇ, ਕਿ ਜਿਹੜਾ ਅਸੀਂ ਆਪਣੇ ਪਿਤਾ ਨੂੰ ਬਚਨ ਦਿੱਤਾ ਸੀ, ਅਸੀਂ ਔਰੰਗਜ਼ੇਬ ਦੇ ਨਾਲ ਕੋਈ ਮੁਲਾਕਾਤ, ਕੋਈ ਵਾਰਤਾਲਾਪ ਨਹੀਂ ਕਰਾਂਗੇ। ਭਾਵੇਂ ਕੁਝ ਸਰੂਪ ਇਸ ਮੁਲਾਕਾਤ ਦੀ ਗੱਲ ਵੀ ਕਰਦੇ ਨੇ, ਪਰ ਗੁਰੂ ਸਾਹਿਬ ਨੇ ਕੀਤਾ ਕਿ ਦਿੱਲੀ ਦੇ ਵਿੱਚ ਰਹਿ ਕੇ, ਦਿੱਲੀ ਦੇ ਵਿੱਚ ਜੇਕਰ ਮਹਾਂਮਾਰੀ ਫੈਲੀ ਹੋਈ ਸੀ ਤਾਂ ਉਸ ਵੇਲੇ ਗੁਰੂ ਸਾਹਿਬ ਨੇ ਉਹਨਾਂ ਰੋਗੀਆਂ ਦਾ ਇਲਾਜ ਕੀਤਾ। ਕਿਤੇ ਇਤਿਹਾਸਕ ਸਰੋਤਾਂ ਨੂੰ ਪੜ੍ਹ ਕੇ ਵੇਖੋ, ਤੁਹਾਨੂੰ ਜ਼ਿਕਰ ਮਿਲੇਗਾ ਕਿ ਗੁਰੂ ਸਾਹਿਬ ਆਪਣੇ ਹੱਥਾਂ 'ਚ ਸਾਫ਼ ਰੁਮਾਲ ਰੱਖਿਆ ਕਰਦੇ ਸੀ। ਕਾਹਦੇ ਵਾਸਤੇ? ਕਿ ਉਹਨਾਂ ਨੂੰ ਦਿੱਤਾ ਜਾ ਸਕੇ ਕਿ ਤੁਸੀਂ ਆਪਣੀ ਸਫਾਈ ਦਾ ਖਿਆਲ ਰੱਖੋ। ਉਹਨਾਂ ਨੂੰ ਰੋਗੀਆਂ ਨੂੰ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਇਹ ਛੂਤਦਾ ਰੋਗ ਹੈ, ਪਾਣੀ ਨਹੀਂ ਸੀ ਪੀਣ ਦਿੱਤਾ ਜਾਂਦਾ, ਗੁਰੂ ਸਾਹਿਬ ਨੇ ਬੌਲੀ ਬਣਾ ਕੇ ਲੋਕਾਂ ਦੇ ਪਾਣੀ ਪੀਣ ਦਾ ਪ੍ਰਬੰਧ ਕੀਤਾ। ਗੁਰੂ ਸਾਹਿਬ ਨੇ ਕਿਸ ਆਯੂ ਦੇ ਵਿੱਚ ਸਮਾਜ ਦੀ ਇੰਨੀ ਵੱਡੀ ਸੇਵਾ ਕੀਤੀ? ਔਰ ਸਾਡੇ ਸਰੋਤਾਂ ਨੇ ਜਦੋਂ ਇਸ ਦਾ ਜ਼ਿਕਰ ਕੀਤਾ ਨਾ, ਅਸੀਂ ਸਮਝ ਨਹੀਂ ਸਕੇ। ਸਾਡੇ ਸਰੋਤਾਂ ਨੇ ਬੜਾ ਪਿਆਰਾ ਜ਼ਿਕਰ ਕੀਤਾ ਕਿ ਗੁਰੂ ਸਾਹਿਬ ਨੇ ਲੋਕਾਂ ਦੀ ਮਹਾਂਮਾਰੀ ਨੂੰ ਆਪਣੇ ਸਿਰ ਲਿਆ ਅਤੇ ਆਪਣੇ ਪ੍ਰਾਣ ਤਿਆਗ ਦਿੱਤੇ। ਇਸ ਗੱਲ ਨੂੰ ਸਮਝੋ ਤਾਂ ਸਹੀ, ਇਹ ਵੀ ਇੱਕ ਸ਼ਹਾਦਤ ਦਾ ਰੂਪ ਹੈ ਕਿ ਜਦੋਂ ਸਟੇਟ ਇਹਨਾਂ ਲੋਕਾਂ ਦੀ ਮਦਦ ਕਰਨ ਤੋਂ ਅਸਮਰੱਥ ਸੀ ਅਤੇ ਗੁਰੂ ਸਾਹਿਬ ਨੇ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਇੰਨੀ ਜ਼ਿਆਦਾ ਸੇਵਾ ਕੀਤੀ, ਸੰਭਾਲ ਕੀਤੀ, ਪਿਆਰ ਕੀਤਾ ਕਿ ਉਸ ਬਿਮਾਰੀ ਦੇ ਨਾਲ ਭਾਵੇਂ ਸਰੀਰਕ ਤੌਰ 'ਤੇ ਉਹਨਾਂ ਨੂੰ ਸੰਸਾਰ ਤੋਂ ਜਾਣਾ ਪਿਆ, ਪਰ ਉਹਨਾਂ ਨੇ ਇੱਕ ਸੰਦੇਸ਼ ਦੇ ਦਿੱਤਾ ਕਿ ਜਿੱਥੇ ਵੀ ਸਮਾਜ ਦੇ ਵਿੱਚ ਕੋਈ ਮਹਾਂਮਾਰੀ ਫੈਲਦੀ ਹੈ, ਸਮਾਜ ਦੀ ਕੋਈ ਸਮੱਸਿਆ ਹੈ, ਉੱਥੇ ਜਿਹੜਾ ਸਿੱਖ ਹੈ ਉਹਨੇ ਆਪਣੇ ਗੁਰੂ ਦੇ ਨਕਸ਼ੇ ਕਦਮਾਂ ਦੇ ਉੱਪਰ ਚੱਲਦੇ ਹੋਏ ਸਮਾਜ ਦੀ ਮਦਦ ਕਰਨੀ ਹੈ। ਅਤੇ ਅੱਜ ਜੇਕਰ ਤੁਸੀਂ ਸਮਾਜ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਸੌਖਾ ਜਿਹਾ ਤਰੀਕਾ ਹੈ, ਆਪਣੀ ਸਫਾਈ ਦਾ ਖਿਆਲ ਰੱਖੋ, ਆਪਣੇ ਘਰਾਂ ਦੇ ਵਿੱਚ ਰਹੋ, ਬਾਹਰ ਜਨਤਕ ਤੌਰ 'ਤੇ ਜਾਣ ਤੋਂ ਗਰੇਜ਼ ਕਰੋ। ਔਰ ਇਹ ਜਿਹੜੀ ਘਰ ਦੇ ਵਿੱਚ ਤੁਹਾਡੀ ਬੰਦੀ ਹੈ ਨਾ, ਇਹਦੇ ਵਿੱਚ ਹੀ ਤੁਹਾਡੀ ਸਿਹਤਮੰਦੀ ਦਾ ਰਾਜ ਹੈ। ਜੇਕਰ ਅਸੀਂ ਵੀ, ਮੈਨੂੰ ਲੱਗਦਾ ਹੈ ਕਿ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਜੁੱਤੀ ਦੇ ਯਾਰ ਬਣ ਗਏ ਹਾਂ। ਜੇ ਸਰਕਾਰ ਨੇ ਇਹ ਐਲਾਨ ਕੀਤਾ ਬੜਾ ਸਿੱਧੇ ਜਿਹੇ ਸ਼ਬਦਾਂ ਦੇ ਵਿੱਚ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਰਹੀਏ, ਅਸੀਂ ਪਰਵਾਹ ਨਹੀਂ ਕੀਤੀ, ਅਸੀਂ ਸੜਕਾਂ 'ਤੇ ਆਏ ਅਤੇ ਹੁਣ ਸੜਕਾਂ ਦੇ ਉੱਪਰ ਜੁੱਤੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਨੇ, ਫਿਰ ਅਸੀਂ ਹੁਣ ਘਰ 'ਚ ਵੜ ਗਏ ਹਾਂ। ਔਰ ਗੁਰੂ ਸਵਾਰਿਓ, ਇੱਕ ਬੇਨਤੀ ਮੈਂ ਇਹਦੇ ਨਾਲ ਹੋਰ ਕਰਾਂ, ਬਹੁਤ ਲੋਕ ਸੋਸ਼ਲ ਮੀਡੀਆ ਦੇ ਵਿੱਚ ਐਸੇ ਵੀ ਨੇ ਜਿਨ੍ਹਾਂ ਦਾ ਇੱਕ ਕੰਮ ਹੁੰਦਾ ਹੈ ਕਿ ਜਦੋਂ ਵੀ ਇਵੇਂ ਦੀ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਉਹ ਧਰਮ ਜਾਂ ਧਰਮ ਦੀਆਂ ਸੰਸਥਾਵਾਂ ਨੂੰ ਭੰਡਣਾ ਸ਼ੁਰੂ ਕਰ ਦਿੰਦੇ ਨੇ। ਔਰ ਇੱਕ ਗੱਲ ਦਾ ਖਿਆਲ ਰੱਖਿਓ, ਵਿਦੇਸ਼ਾਂ ਦੇ ਵਿੱਚ ਵੀ ਜਿਨ੍ਹਾਂ ਥਾਵਾਂ ਦੇ ਉੱਪਰ ਰੋਗੀਆਂ ਦੇ ਵਾਸਤੇ ਜਿਹੜੇ ਮਾਈਲਡ ਕੇਸਿਸ ਸੀ, ਜਿਹੜੇ ਸਵੀਅਰ ਕੇਸਿਸ ਨੇ, ਉਹ ਤਾਂ ਉਹਨਾਂ ਨੇ ਜਿਹੜੇ ਆਈਸੋਲੇਸ਼ਨ ਹੋਮ ਨੇ ਉਹਨਾਂ ਦੇ ਵਿੱਚ ਜਿਹੜੇ ਨੇ ਉਹ ਦਾਖਲ ਕੀਤੇ ਹੋਏ ਨੇ, ਪਰ ਜਿਹੜੇ ਘੱਟ ਪ੍ਰਭਾਵਿਤ ਲੋਕ ਸੀ ਉਹਨਾਂ ਤੱਕ ਰਾਸ਼ਨ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਗੁਰਦੁਆਰਾ ਸਾਹਿਬਾਨ ਨੂੰ ਦਿੱਤੀ ਹੈ ਔਰ ਗੁਰਦੁਆਰਾ ਸਾਹਿਬਾਨ ਹੀ ਉਸ ਜ਼ਿੰਮੇਵਾਰੀ ਨੂੰ ਨਿਭਾ ਰਹੇ ਨੇ। ਇਸੇ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਨਾ ਤਾਂ ਮੈਂ ਉਹਨਾਂ ਦਾ ਕੋਈ ਮੁਲਾਜ਼ਮ ਹਾਂ ਅਤੇ ਨਾ ਮੈਂ ਉਹਨਾਂ ਦੇ ਪੱਖ ਦੀ ਗੱਲ ਕਰਨ ਲੱਗਾ, ਪਰ ਮੈਂ ਤੁਹਾਡੇ ਸਾਹਮਣੇ ਇੱਕ ਸੱਚ ਰੱਖਣ ਲੱਗਾ, ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਗੱਲ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜਿਹੜੇ ਵੀ ਡੇਰੇਦਾਰ ਨੇ ਉਹਨਾਂ ਨੂੰ
ਆਪਣੇ ਕੋਲ ਜਿਹੜੀਆਂ ਰਹਾਇਸ਼ੀ ਸਰਾਵਾਂ ਨੇ ਉਹਨਾਂ ਨੂੰ ਸਾਫ਼ ਸਫਾਈ ਕਰਕੇ ਇਸ ਮਹਾਂਮਾਰੀ ਦੇ ਪ੍ਰਕੋਪ ਦੇ ਵਾਸਤੇ ਤਿਆਰ ਰੱਖਣਾ ਚਾਹੀਦਾ ਹੈ ਕਿ ਜੇਕਰ ਲੋੜ ਪੈ ਗਈ ਤਾਂ ਇਹਨਾਂ ਸਰਾਵਾਂ ਦੇ ਇਕੱਲੇ ਕਮਰੇ ਨੂੰ ਇੱਕ ਇੰਡੀਵਿਜੁਅਲ ਆਈਸੋਲੇਸ਼ਨ ਯੂਨਿਟ ਦੇ ਤੌਰ ਦੇ ਉੱਪਰ ਵਰਤਿਆ ਜਾ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ, ਬੜੀ ਚੰਗੀ ਗੱਲ ਹੈ ਕਿ ਜੇਕਰ ਪੰਜਾਬ ਦੇ ਵਿੱਚ ਇਸ ਮਹਾਂਮਾਰੀ ਦਾ ਪ੍ਰਕੋਪ ਵੱਧਦਾ ਹੈ, ਵਾਹਿਗੁਰੂ ਨਾ ਕਰੇ, ਪਰ ਜੇਕਰ ਵੱਧਦਾ ਹੈ ਤਾਂ ਅਸੀਂ ਇਹਨਾਂ ਸਰਾਵਾਂ ਦੇ ਵਿੱਚ ਬਣੇ ਹੋਏ ਕਮਰਿਆਂ ਨੂੰ ਡਾਕਟਰੀ ਸਹਾਇਤਾ ਦੇ ਵਾਸਤੇ ਜਾਂ ਸਿਹਤ ਸਹੂਲਤਾਂ ਦੇ ਵਾਸਤੇ ਵਰਤ ਸਕੀਏ। ਸੋ ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ। ਕੁਝ ਵੀਰ ਜਿਸ ਤਰ੍ਹਾਂ ਇਹ ਗੱਲ ਕਹਿ ਰਹੇ ਨੇ ਕਿ ਇਹ ਇੱਕ ਤਰ੍ਹਾਂ ਦੀ ਵਿਸ਼ਾਣੂ ਜੰਗ ਹੈ ਜਿਹੜੀ ਇੱਕ ਪਰਮਾਣੂ ਜੰਗ ਦਾ ਹੀ ਰੂਪ ਹੈ, ਤਾਂ ਮੈਂ ਇੱਕ ਬੇਨਤੀ ਕਰਾਂ ਕਿ ਕੁਝ ਸਮਾਂ ਪਹਿਲਾਂ ਇੱਕ ਰਿਸਰਚ ਆਰਟੀਕਲ ਪਬਲਿਸ਼ ਹੋਇਆ ਸੀ ਜਿਹੜਾ ਮਿਸ਼ਲ ਐਂਡ ਮੇਅਰ ਦਾ ਲਿਖਿਆ ਹੋਇਆ, ਜਿਹਦੇ ਵਿੱਚ ਕਿਲਿੰਗ ਰੋਪਸ ਦੀ ਗੱਲ ਕੀਤੀ ਸੀ, ਜਿਹੜੀਆਂ ਜਿਸਨੂੰ ਅਸੀਂ ਕਹਿ ਸਕਦੇ ਹਾਂ ਕਿਲਰ ਖਿਲਤ ਜਿਹੜੀਆਂ ਹੁੰਦੀਆਂ ਨੇ, ਕਿ ਉਹਨਾਂ ਸਮਿਆਂ ਦੇ ਵਿੱਚ, ਮੈਂ ਤੁਹਾਨੂੰ ਔਰੰਗਜ਼ੇਬ ਦੇ ਸਮੇਂ ਦੀ ਇੱਕ ਘਟਨਾ ਸਾਂਝੀ ਕਰਨ ਲੱਗਾ, ਔਰ ਉਹਦਾ ਪ੍ਰਮਾਣ ਇਸ ਗੱਲ ਤੋਂ ਮਿਲਦਾ ਹੈ ਕਿ ਔਰੰਗਜ਼ੇਬ ਇੱਕ ਰਾਜਪੂਤ ਰਾਜੇ ਨੂੰ ਖਿਲਤ ਪਹਿਰਾਵਾ ਜਿਹੜਾ ਉਹ ਦਿੰਦਾ ਹੈ, ਅਤੇ ਉਹ ਪਹਿਰਾਵਾ ਪਾਉਣ ਤੋਂ ਬਾਅਦ ਕੁਛ ਦਿਨਾਂ ਬਾਅਦ ਹੀ ਉਹ ਬਿਮਾਰ ਹੋ ਜਾਂਦਾ ਹੈ, ਉਹਦੇ ਸਰੀਰ ਦੇ ਉੱਪਰ ਦਾਣੇ ਨਿਕਲ ਆਉਂਦੇ ਨੇ, ਉਸ ਦੀ ਮੌਤ ਹੋ ਜਾਂਦੀ ਹੈ। ਉਹਦਾ ਨਾਮ ਪਿਰਥੀ ਸਿੰਘ ਸੀ। ਇਹਨਾਂ ਨੂੰ ਕਿਲਰ ਰੋਬਸ ਕਿਹਾ ਜਾਂਦਾ ਸੀ, ਜਾਂ ਤੁਸੀਂ ਕਹਿ ਸਕਦੇ ਹੋ ਕਿ ਮੌਤ ਦੇ ਲਿਬਾਸ ਕਿਹਾ ਜਾਂਦਾ ਸੀ। ਇਹ ਇਹਨਾਂ ਮਹਾਂਮਾਰੀਆਂ ਦੇ ਵਿੱਚ ਹੀ ਜ਼ਿਆਦਾਤਰ ਤਿਆਰ ਕੀਤੇ ਜਾਂਦੇ ਸੀ, ਕਿ ਜਦੋਂ ਇਵੇਂ ਦੀ ਮਹਾਂਮਾਰੀ ਫੈਲ ਜਾਂਦੀ ਸੀ ਅਤੇ ਜਿਹੜੇ ਰੋਗੀ ਜਿਨ੍ਹਾਂ ਦੀ ਮੌਤ ਹੁੰਦੀ ਸੀ ਉਹਨਾਂ ਦੇ ਜਿਹੜੇ ਕੱਪੜੇ ਨੇ ਉਹਨਾਂ ਦੇ ਕੱਪੜਿਆਂ ਦੀਆਂ ਟਾਕੀਆਂ ਅੰਦਰਲੇ ਪਾਸੇ ਲਾ ਕੇ ਇਹ ਜਿਹੜੀਆਂ ਪੁਸ਼ਾਕਾਂ ਸੀ ਇਹ ਤਿਆਰ ਕੀਤੀਆਂ ਜਾਂਦੀਆਂ ਸੀ। ਇੰਟਰਨੈਟ ਦੇ ਉੱਪਰ ਇਹ ਮੇਰੇ ਖਿਆਲ ਨਾਲ PDF ਅਵੇਲੇਬਲ ਹੈ, ਇਸ ਕਿਤਾਬ ਦੀ ਤੁਸੀਂ ਪੜ੍ਹ ਸਕਦੇ ਹੋ ਜਿਹੜੀ ਮਿਸ਼ਲ ਐਂਡ ਮੇਅਰ ਦੀ ਲਿਖੀ ਹੋਈ ਹੈ, ਜਿਹਦੇ ਵਿੱਚ ਹੈ ਕਿ ਕਿਲਰ ਖਿਲਤ ਉਹਦਾ ਜਿਹੜਾ ਟਾਈਟਲ ਨੇਮ ਹੈ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਪਹਿਲਾਂ ਵੀ ਸਮਾਜ ਦੇ ਵਿੱਚ ਚੱਲਦੀਆਂ ਰਹੀਆਂ ਨੇ, ਪਰ ਜੇ ਇਹ ਵਰਤਾਰੇ ਵਾਪਰਦੇ ਰਹੇ ਨੇ ਤਾਂ ਸੱਚ ਜਾਣਿਓ ਇੱਥੇ ਸਾਡਾ ਫਰਜ਼ ਕੀ ਬਣਦਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਥਾਲੀਆਂ ਖੜਕਾਉਣ ਦੇ ਨਾਲ, ਭਾਂਡੇ ਵਜਾਉਣ ਦੇ ਨਾਲ ਅਸੀਂ ਭਾਂਡੇ ਤੋੜ ਤਾਂ ਸਕਦੇ ਹਾਂ, ਨੁਕਸਾਨ ਤਾਂ ਕਰ ਸਕਦੇ ਹਾਂ, ਪਰ ਸੱਚ ਜਾਣਿਓ ਇਹਦੇ ਨਾਲ ਇਸ ਫੈਲ ਰਹੀ ਜਿਹੜੀ ਮਹਾਂਮਾਰੀ ਹੈ ਇਹਦੇ ਉੱਪਰ ਕੋਈ ਅਸਰ ਨਹੀਂ ਹੋਵੇਗਾ। ਸੋ ਜਿਹੜੇ ਜਿਹੜੇ ਵੀਰਾਂ ਨੇ ਜਿਨ੍ਹਾਂ ਦੇ ਕੋਲ, ਜਿਨ੍ਹਾਂ ਦੇ ਡੇਰਿਆਂ ਦੇ ਵਿੱਚ ਇਹ ਸਮਰੱਥਾ ਸੀ ਕਿ ਉਹਨਾਂ ਦੇ ਕੋਲ ਜਾਂ ਉਹਨਾਂ ਦੇ ਡੇਰਿਆਂ ਦੇ ਵਿੱਚ ਉਹਨਾਂ ਦੇ ਜਿਹੜੇ ਕੰਪਲੈਕਸ ਨੇ ਉਹਨਾਂ ਦੇ ਵਿੱਚ ਮਰੀਜ਼ ਦਾਖਲ ਕੀਤੇ ਜਾ ਸਕਦੇ ਨੇ, ਅਤੇ ਜੇਕਰ ਉਹਨਾਂ ਨੇ ਸਿਹਤ ਵਿਭਾਗ ਨੂੰ ਇਸ ਗੱਲ ਦੀ ਪ੍ਰਵਾਨਗੀ ਦਿੱਤੀ ਹੈ, ਤਾਂ ਆਪਸੀ ਮਤਭੇਦ ਛੱਡ ਕੇ ਸਾਨੂੰ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ। ਉਸ ਤੋਂ ਬਾਅਦ ਜੇਕਰ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਹ ਬਿਆਨ ਦਿੱਤਾ ਹੈ ਕਿ ਜਿਹੜੇ ਪ੍ਰਵਾਸੀ ਭਾਰਤੀ ਆਏ ਨੇ ਉਹਨਾਂ ਦੇ ਪ੍ਰਤੀ ਈਰਖਾ ਜਾਂ ਨਿੰਦਿਆ ਜਾਂ ਇਸ ਤਰ੍ਹਾਂ ਦਾ ਵਰਤਾਰਾ ਨਾ ਰੱਖੋ ਕਿ ਉਹਨਾਂ ਦੇ ਮਨ ਦੇ ਅੰਦਰ ਹੀਣ ਭਾਵਨਾ ਪੈਦਾ ਹੋਵੇ, ਪਰ ਦੂਜੇ ਪਾਸੇ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਵੀ ਬੇਨਤੀ ਹੈ ਕਿ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਉਹ ਕਿਸੇ ਪ੍ਰਭਾਵਿਤ ਦੇਸ਼ ਦੇ ਵਿੱਚੋਂ ਆਏ ਹੋਏ ਨੇ ਤਾਂ ਉਹ ਆਪ ਹੀ ਸਿਹਤ ਵਿਭਾਗ ਦੇ ਨਾਲ ਸੰਪਰਕ ਕਰਕੇ ਆਪਣੇ ਆਪ ਨੂੰ ਆਈਸੋਲੇਟ ਕਰ ਲੈਣ, ਕਿਉਂਕਿ ਸੰਸਾਰ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਪਰਿਵਾਰ ਦੀ ਲੋੜ ਹੈ ਅਤੇ ਪਰਿਵਾਰ ਨੂੰ ਉਹਨਾਂ ਦੀ ਲੋੜ ਹੈ। ਸੋ ਅਸੀਂ ਜੇਕਰ, ਮੈਂ ਕਹਿੰਦਾ ਕਿ ਇਹ ਕੋਈ ਬਹੁਤਾ ਔਖਾ ਕੰਮ ਨਹੀਂ ਹੈ ਜੇਕਰ ਅਸੀਂ ਇਹਦੇ ਬਾਰੇ ਸੰਜੀਦਗੀ ਦੇ ਨਾਲ ਸੋਚੀਏ, ਪਰ ਕੁਝ ਲੋਕ ਮੈਂ ਵੇਖਿਆ ਸੋਸ਼ਲ ਮਾਧਿਅਮਾਂ ਦੇ ਉੱਪਰ ਵੀ ਇੰਝ ਕਹਿ ਰਹੇ ਨੇ ਕਿ ਜਿਵੇਂ ਅਫਵਾਹਾਂ ਹੀ ਹੈ। ਮੈਂ ਇੱਕ ਬੇਨਤੀ ਕਰਾਂ, ਜੇਕਰ ਇਸ ਬਿਮਾਰੀ ਦਾ ਪ੍ਰਕੋਪ ਜਾਂ ਇਸ ਪ੍ਰਕੋਪ ਤੋਂ ਨਿਕਲਣ ਵਾਲੇ ਜਿਹੜੇ ਸਿੱਟੇ ਨੇ
ਇਹਦੇ ਪ੍ਰਤੀ ਸਰਕਾਰ ਦੇ ਕੋਲ ਸੂਚਨਾਵਾਂ ਨਾ ਹੁੰਦੀਆਂ ਅਤੇ ਜਿੰਨੀ ਵੱਡੀ ਪੱਧਰ ਦੇ ਉੱਪਰ ਕਰਫਿਊ ਤੱਕ ਲਾ ਕੇ ਲੋਕਾਂ ਨੂੰ ਘਰਾਂ ਦੇ ਵਿੱਚ ਡੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਕਦੀ ਨਹੀਂ ਸੀ ਕੀਤੀ ਜਾਣੀ। ਸੋ ਜਿਹੜੇ ਸਰਕਾਰ ਨਾਲ ਜੁੜੇ ਹੋਏ ਸਿਹਤ ਵਿਭਾਗ ਦੇ ਨੁਮਾਇੰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਸਥਿਤੀ ਕਿੰਨੀ ਗੰਭੀਰ ਹੋ ਸਕਦੀ ਹੈ ਅਤੇ ਇਸ ਗੰਭੀਰ ਸਥਿਤੀ ਦੇ ਨਾਲ ਜੇਕਰ ਅਸੀਂ ਚਾਹੁੰਦੇ ਹਾਂ ਮੁਕਾਬਲਾ ਕਰ ਸਕੀਏ, ਸਾਡੇ ਪਰਿਵਾਰ ਸੁਰੱਖਿਅਤ ਰਹਿ ਸਕਣ, ਅਤੇ ਤੁਹਾਡੇ ਕੋਲ ਤਿੰਨ ਹੀ ਹੱਲ ਹੈ ਕਿ ਜਾਂ ਤਾਂ ਆਪਣੇ ਘਰਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿਓ, ਘਰਾਂ 'ਚ ਨਹੀਂ ਰਹਿਣਾ ਸ਼ੁਰੂ ਕਰੋਗੇ ਤਾਂ ਹੌਸਪੀਟਲਾਂ ਦੇ ਵਿੱਚ ਰੱਖਿਆ ਜਾਵੇਗਾ, ਅਤੇ ਜੇ ਹੌਸਪੀਟਲਾਂ ਦੇ ਕੋਲ ਵੀ ਜਿਸ ਤਰ੍ਹਾਂ ਕਿ ਹਿੰਦੁਸਤਾਨ ਦੀ ਸਰਕਾਰ ਦੇ ਕੋਲ ਕੋਈ ਬਹੁਤ ਜ਼ਿਆਦਾ ਪ੍ਰਬੰਧ ਨਹੀਂ ਹੈਗਾ, ਫਿਰ ਤੁਹਾਡੀ ਫੋਟੋ ਫਰੇਮ ਦੇ ਵਿੱਚ ਹੀ ਹੋਵੇਗੀ। ਮਾਫ਼ ਕਰਨਾ ਮੈਨੂੰ ਇਹ ਸ਼ਬਦ ਤੁਹਾਡੇ ਵਾਸਤੇ ਵਰਤਣੇ ਪਏ, ਪਰ ਇਹ ਗ੍ਰੇ 'ਚ ਕਰੋ। ਜੇਕਰ ਸਫਾਈ ਰੱਖਣ ਦੇ ਨਾਲ, ਆਪਣੇ ਆਪ ਨੂੰ ਜਨਤਕ ਭੀੜ ਤੋਂ ਅਲੱਗ ਰੱਖਣ ਦੇ ਨਾਲ ਤੁਸੀਂ ਸਮਾਜ ਦਾ ਭਲਾ ਕਰ ਸਕਦੇ ਹੋ, ਤਾਂ ਮੈਂ ਕਹਿੰਦਾ ਇਹ ਵੀ ਤੁਹਾਡੇ ਵਾਸਤੇ ਬਹੁਤ ਵੱਡੀ ਕੁਰਬਾਨੀ ਹੈ। ਇਹ ਵੀ ਤੁਹਾਡੇ ਵਾਸਤੇ ਮੈਂ ਕਹਿੰਦਾ ਕਿ ਸਮਾਜ ਦੇ ਉੱਪਰ ਇੱਕ ਅਹਿਸਾਨ ਹੈ ਕਿ ਤੁਸੀਂ ਘਰ ਰਹਿ ਕੇ ਸਮਾਜ ਨੂੰ ਬਚਾਉਣ ਦੀ ਗੱਲ ਕਰ ਰਹੇ ਹੋ। ਅਤੇ ਬਾਕੀ ਆ ਜਿਹੜੇ ਲੋਕ ਕੋਈ ਗਊ ਮੂਤਰ ਦੀ ਸਲਾਹ ਦੇਈ ਜਾਂਦਾ, ਕੋਈ ਗਊ ਗੋਬਰ ਦੀ ਸਲਾਹ ਦੇਈ ਜਾਂਦਾ, ਕੋਈ ਕਹਿੰਦਾ ਕਿ ਘੰਟੀਆਂ ਵਜਾ ਕੇ ਆ ਜਿਹੜੀਆਂ ਸਾਊਂਡ ਵੇਵਸ ਨੇ ਉਹਨਾਂ ਦੇ ਨਾਲ ਵਿਸ਼ਾਣੂ ਦੂਰ ਹੁੰਦੇ ਨੇ, ਤਾਂ ਮੈਨੂੰ ਭਾਈ ਸਾਹਿਬ ਭਾਈ ਗੁਰਦਾਸ ਦੀ ਕਈ ਵਾਰੀ ਇੱਕ ਗੱਲ ਯਾਦ ਆ ਜਾਂਦੀ ਹੈ। ਉਹ ਕਹਿੰਦੇ ਨੇ ਕਿ ਜੇ ਬਿੰਡਾ ਖੁੱਥੀ ਬਹੇ ਕਿਤ ਹੋਏ ਬਜਾਜ, ਵੀ ਜੇ ਛੋਟਾ ਜਿਹਾ ਕੀੜਾ ਕੱਪੜਿਆਂ ਦੇ ਢੇਰ ਦੇ ਉੱਪਰ ਬਿਠਾ ਦਈਏ ਤਾਂ ਉਹਨੇ ਕੱਪੜਿਆਂ ਦਾ ਵਪਾਰੀ ਨਹੀਂ ਬਣ ਜਾਣਾ। ਰਤਨ ਮਣੀ ਗੱਲ ਬਾਂਦਰੇ ਜੌਹਰੀ ਨੇ ਕਾਜ, ਹੁਣ ਬਾਂਦਰ ਦੇ ਗੱਲ ਦੇ ਵਿੱਚ ਤੁਸੀਂ ਕੀਮਤੀ ਹਾਰ ਪਾ ਦਿਓ ਅਤੇ ਬਾਂਦਰ ਨੇ ਸੁਨਿਆਰਾ ਨਹੀਂ ਬਣ ਜਾਣਾ। ਗਧੋਂ ਚੰਦਨ ਲੱਧੀਏ ਨਹਿ ਗਾਂਧੀ ਗਾਜ, ਅਤੇ ਜੇਕਰ ਗਧੇ ਦੇ ਉੱਪਰ ਤੁਸੀਂ ਚੰਦਨ ਦੀਆਂ ਲੱਕੜਾਂ ਲੱਦ ਦਿਓਗੇ ਨਾ, ਹੋ ਸਕਦਾ ਉਹਦੇ ਜਿਸਮ 'ਚੋਂ ਸਮੈਲ ਤਾਂ ਆਉਣ ਲੱਗ ਜਾਵੇ, ਸੁਗੰਧੀ ਤਾਂ ਆਉਣ ਲੱਗ ਜਾਵੇ, ਪਰ ਗਧੇ ਨੇ ਕਿਸੇ ਪਰਫਿਊਮ ਦਾ ਸ਼ੋਰੂਮ ਖੋਲ੍ਹ ਕੇ ਨਹੀਂ ਬਹਿ ਜਾਣਾ। ਸੋ ਥੋੜ੍ਹੀ ਜਿਹੀ ਜਾਗਰਤੀ ਦੇ ਵਿੱਚ ਆਓ, ਥੋੜ੍ਹੀ ਜਿਹੀ ਚੇਤਨਤਾ ਦੇ ਵਿੱਚ ਆਓ, ਅਜੇ ਤੁਸੀਂ ਉਸ ਸਟੇਜ ਦੇ ਵਿੱਚੋਂ ਕਿ ਜੇਕਰ ਤੁਸੀਂ ਹਾਲਾਤਾਂ ਦੇ ਉੱਪਰ ਕਾਬੂ ਪਾਉਣਾ ਚਾਹੋ, ਇਸ ਪ੍ਰਕੋਪ ਤੋਂ, ਇਸ ਮਹਾਂਮਾਰੀ ਤੋਂ ਆਪਣੇ ਪਰਿਵਾਰ ਨੂੰ, ਆਪਣੇ ਸਮਾਜ ਨੂੰ, ਆਪਣੇ ਮਾਸ਼ਰੇ ਨੂੰ ਬਚਾਉਣਾ ਚਾਹੋ, ਤਾਂ ਤੁਸੀਂ ਸੁਰੱਖਿਆ, ਸਾਵਧਾਨੀ ਔਰ ਦਾਇਰਾ ਸੀਮਿਤ ਕਰਨ ਦੇ ਵਿੱਚ ਅਤੇ ਘਰ ਦੇ ਵਿੱਚ ਸਫਾਈ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਜੇਕਰ ਕਾਮਯਾਬ ਹੋ ਜਾਂਦੇ ਹੋ ਤਾਂ ਇਹ ਬਿਮਾਰੀ ਜਿਹੜੀ ਹੈ ਇਹ ਤੁਹਾਡੇ ਘਰਾਂ ਦੇ ਵਿੱਚ ਨਹੀਂ ਆ ਸਕਦੀ। ਪਰ ਮੈਂ ਫਿਰ ਆਖਰ ਦੇ ਵਿੱਚ ਬੇਨਤੀ ਕਰਾਂ, ਇਸ ਨੂੰ ਇੰਨਾ ਜ਼ਿਆਦਾ ਹਲਕਾ ਨਾ ਲਓ, ਗੁਰੂ ਕਿਰਪਾ ਕਰੇ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ, ਪੰਜਾਬ ਇਸ ਮਹਾਂਮਾਰੀ ਤੋਂ ਬਚ ਜਾਵੇ। ਪਰ ਜਿਸ ਤਰ੍ਹਾਂ ਦੇ ਨਾਲ ਦਿਨ ਬ ਦਿਨ ਮਰੀਜ਼ਾਂ ਦੀ, ਪ੍ਰਭਾਵਿਤ ਵਿਅਕਤੀਆਂ ਦੀ ਔਰ ਮੌਤਾਂ ਦੀ ਗਿਣਤੀ ਵੱਧ ਰਹੀ ਹੈ, ਜੇਕਰ ਇਹ ਇਸੇ ਤਰ੍ਹਾਂ ਹੀ ਵੱਧਦੀ ਰਹੀ ਅਤੇ ਅਸੀਂ ਇਸ ਮਹਾਂਮਾਰੀ ਨੂੰ ਸੰਜੀਦਗੀ ਦੇ ਨਾਲ ਨਾ ਵੇਖਿਆ, ਤਾਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਉਹ ਦਿਨ ਵੇਖਣੇ ਪੈਣਗੇ ਜਿਹੜੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਦਰਜ ਹੋਣ ਵਾਲੇ ਹੋਣਗੇ। ਸੋ ਆਖਰ ਦੇ ਵਿੱਚ ਫਿਰ ਬੇਨਤੀ ਹੈ ਕਿ ਇਸ ਸਾਰੇ ਵਰਤਾਰੇ ਨੂੰ ਅਫਵਾਹਾਂ ਤੋਂ ਵੀ ਬਚੋ, ਦਹਿਸ਼ਤ ਵਿੱਚ ਦੇ ਨਾ ਆਓ, ਅਤੇ ਸਭ ਤੋਂ ਅਹਿਮ ਗੱਲ ਕਿ ਜਿੱਥੇ ਤੁਸੀਂ ਆਪਣੀ ਸਫਾਈ ਦਾ ਖਿਆਲ ਰੱਖਣਾ, ਆਪਣੀ ਸੀਮਤ ਸੁਰੱਖਿਆ ਦਾ ਖਿਆਲ ਰੱਖਣਾ, ਜਨਤਕ ਥਾਵਾਂ 'ਤੇ ਜਾਣ ਤੋਂ ਗੁਰੇਜ਼ ਕਰਨਾ, ਉੱਥੇ ਪ੍ਰੋਫੈਸਰ ਪੂਰਨ ਸਿੰਘ ਦੀਆਂ ਦੋ ਲਾਈਨਾਂ ਜ਼ਰੂਰ ਯਾਦ ਰੱਖਿਓ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਜੇਕਰ ਤੁਸੀਂ ਬਾਣੀ ਨਾਲ ਜੁੜ ਕੇ ਆਪਣੇ ਮਨ ਨੂੰ ਚੜ੍ਹਦੀ ਕਲਾ ਦੀ ਅਵਸਥਾ ਦੇ ਵਿੱਚ ਰੱਖੋਗੇ, ਤਾਂ ਜਦੋਂ ਮਨ ਜਿਹੜਾ ਉਹ ਚੜ੍ਹਦੀ ਕਲਾ ਦੀ ਅਵਸਥਾ ਦੇ ਵਿੱਚ ਹੋਵੇ ਤਾਂ ਜਿਹੜੀਆਂ ਤਨ ਦੀਆਂ ਬਿਮਾਰੀਆਂ ਨੇ
ਉਹਨਾਂ ਦੀ ਇਹਨਾਂ ਜੀਵਾਣੂਆਂ ਨੂੰ ਰੋਕਣ ਦੀ ਸਮਰੱਥਾ ਵੀ ਵੱਧ ਜਾਂਦੀ ਹੈ। ਸੋ ਚੜ੍ਹਦੀ ਕਲਾ ਦੇ ਵਿੱਚ ਰਹੋ, ਭੜਕਾਹਟ ਦੇ ਵਿੱਚ ਨਾ ਆਵੋ, ਸੰਜਮ ਦੇ ਵਿੱਚ ਰਹੋ, ਸੰਜੀਦਗੀ ਦੇ ਨਾਲ ਆਉਣ ਵਾਲੀ ਭਿਆਨਕ ਇਸ ਅਵਸਥਾ ਦੇ ਬਾਰੇ ਸੋਚੋ ਅਤੇ ਆਪਣੇ ਪਰਿਵਾਰ ਔਰ ਸਮਾਜ ਦੇ ਵਾਸਤੇ ਜਿਹੜੀਆਂ ਸਿਹਤ ਵਿਭਾਗ ਦੇ ਵੱਲੋਂ ਤੁਹਾਨੂੰ ਸੁਰੱਖਿਆ ਨਿਯਮ ਦੱਸੇ ਗਏ ਨੇ ਉਹਨਾਂ ਦੀ ਪਾਲਣਾ ਕਰੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਫਿਰ ਪਿਆਰ ਸਹਿਤ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।